ਪੰਜਾਬੀ ਸਟੱਡੀ ਪੁਆਇੰਟ 63 ਵੇਖ ਰਹੇ ਸਾਰੇ ਹੀ ਵਿਊਜ਼ ਦਾ ਇਸ ਚੈਨਲ 'ਤੇ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ। ਸਾਡੀ ਅੱਜ ਦੀ ਵੀਡੀਓ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ BCOM ਅਤੇ BBA ਦੇ ਪਹਿਲੇ ਸਮੈਸਟਰ ਦੇ ਨਾਲ ਸੰਬੰਧਿਤ ਹੈਗਾ ਅਤੇ ਵਿਸ਼ਾ ਹੈ ਲਾਜ਼ਮੀ ਪੰਜਾਬੀ ਦਾ। ਅਤੇ ਦੂਸਰੀ ਗੱਲ ਜੋ ਮੈਂ ਕਰਨੀ ਸੀ ਬੜੀ ਮਹੱਤਵਪੂਰਨ ਹੈਗੀ ਹੈ, ਕਿਉਂਕਿ BA ਦੇ ਫਸਟ ਸਮੈਸਟਰ ਲਈ ਵੀ ਪਾਠ ਪੁਸਤਕ ਨਿਰਧਾਰਿਤ ਹੋ ਗਈ ਆ ਸੁਰ ਸੰਵੇਦਨਾ, ਠੀਕ ਹੈ। ਅਤੇ BCOM ਅਤੇ BBA ਦੇ ਫਸਟ ਸਮੈਸਟਰ ਲਈ ਇਹ ਵਾਲੀ ਪਾਠ ਪੁਸਤਕ ਜੋ ਆਪਾਂ ਦੇਖ ਰਹੇ ਹੈਗੇ ਹਾਂ ਇਹ ਹੈਗੀ ਹੈ, ਪਰ BSc ਦੇ ਫਸਟ ਸਮੈਸਟਰ ਲਈ ਅਜੇ ਤੱਕ ਕੋਈ ਵੀ ਪਾਠ ਪੁਸਤਕ ਨਿਰਧਾਰਿਤ ਹੋਈ ਨਹੀਂ ਮਿਲ ਰਹੀ। ਸੋ ਜਦੋਂ ਵੀ ਉਹਨਾਂ ਦੇ ਨਾਲ ਰਿਲੇਟਡ ਪਾਠ ਪੁਸਤਕ ਮਿਲ ਜਾਵੇਗੀ ਤਾਂ ਉਹਨਾਂ ਬਾਰੇ ਵੀ ਜ਼ਰੂਰ ਜਾਣਕਾਰੀ ਮੈਂ ਇਸ ਚੈਨਲ 'ਤੇ ਦੇ ਦੇਵਾਂਗੀ। ਅਤੇ ਅੱਜ ਜੋ ਅਸੀਂ ਇਸ ਵੀਡੀਓ ਦੇ ਵਿੱਚ ਪੜ੍ਹਨਾ ਹੈ ਉਹ ਚੱਲ ਰਹੀ ਲੜੀ ਹੈ ਸਾਡੀ। ਆਪਾਂ ਕੁਝ ਇਹਦੇ ਸੀਨ ਇੰਨ ਬਿੰਨ ਪੜ੍ਹੇ ਹੈਗੇ ਨੇ ਇਸ ਚੈਨਲ 'ਤੇ, ਕੁਝ ਕੰਮ ਰਹਿੰਦਾ ਵੀ ਹੈਗਾ, ਫਿਰ ਮੈਂ ਥੋੜ੍ਹਾ ਟਾਈਮ ਘੱਟ ਹੈਗਾ ਇਸ ਟਾਈਮ, ਅਤੇ ਮੈਂ ਚਾਹੁੰਦੀ ਹੈਗੀ ਹਾਂ ਕਿ ਪ੍ਰੀਖਿਆ ਦ੍ਰਿਸ਼ਟੀ ਤੋਂ ਤੁਹਾਡਾ ਕੰਮ ਕਰਵਾ ਦਿੱਤਾ ਜਾਵੇ। ਸੋ ਅਸੀਂ ਹਲੇ ਫਿਲਹਾਲ ਰੋਕ ਦਿੱਤਾ ਗਿਆ ਹੈਗਾ, ਅਤੇ ਪਾਤਰ ਚਿਤਰਣ ਵਿਸ਼ਾ ਸਾਰ ਨਾਟਕ ਦਾ ਇਹ ਆਪਾਂ ਪੜ੍ਹ ਰਹੇ ਹੈਗੇ ਹਾਂ। ਅਤੇ ਆਪਾਂ ਨੇ ਕਈ ਜਿਹੜੇ ਪਾਤਰ ਨੇ ਜਿਹੜੇ ਵੱਧ ਮਹੱਤਵਪੂਰਨ ਸੀਗੇ ਉਹਨਾਂ ਦਾ ਪਾਤਰ ਚਿਤਰਣ ਪੜ੍ਹ ਲਿਆ ਹੈਗਾ। ਜਿਹੜੇ ਵਿਦਿਆਰਥੀਆਂ ਨੇ ਅਜੇ ਨਹੀਂ ਪੜ੍ਹਿਆ ਉਹ ਜ਼ਰੂਰ ਪਿਛਲੀਆਂ ਵੀਡੀਓਜ਼ ਵੇਖ ਲੈਣ ਤਾਂ ਕਿ ਪ੍ਰੀਖਿਆ ਦੇ ਲਈ ਵਧੀਆ ਤਿਆਰੀ ਹੋ ਸਕੇ। ਅਤੇ ਅੱਜ ਆਪਾਂ ਬਾਕੀ ਰਹਿੰਦੇ ਪਾਤਰਾਂ ਦਾ ਪਾਤਰ ਚਿਤਰਣ ਪੜ੍ਹਦੇ ਹੈਗੇ। ਤਾਂ ਅੱਜ ਦਾ ਜੋ ਸਾਡਾ ਪਾਤਰ ਹੈ ਉਹ ਹੈ ਪਾਗਲ ਵਿਅਕਤੀ ਦਾ ਪਾਤਰ ਚਿਤਰਣ। ਹੁਣ ਇਹ ਵੀ ਇੱਕ ਮਹੱਤਵਪੂਰਨ ਪਾਤਰ ਹੈ ਵੈਸੇ ਉਂਝ ਕਹਿਣ ਦਾ ਭਾਵ ਕੀ ਹੈਗਾ ਕਿ ਇਹ ਕੁਝ ਪਾਤਰ ਅਜਿਹੇ ਹੁੰਦੇ ਨੇ ਬੇਟੇ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਵੀ ਸਮੱਸਿਆ ਕਿੱਥੇ ਆਈ ਹੈਗੀ ਆ। ਹੁਣ ਪਾਗਲ ਵਿਅਕਤੀ ਹੈ ਜੋ ਪਰਿੰਦੇ ਜਾਣ ਹੁਣ ਕਿੱਥੇ ਨਾਟਕ ਦਾ ਇੱਕ ਮਹੱਤਵਪੂਰਨ ਪਾਤਰ ਹੈ, ਉਹ ਇੱਕ ਪ੍ਰਤੀਕਾਤਮਕ ਪਾਤਰ ਹੈ ਜਿਸ ਦੇ ਪਾਗਲਪਨ ਅਤੇ ਰੌਲੇ ਰੱਪੇ ਰਾਹੀਂ ਨਾਟਕਕਾਰ ਨੇ 1947 ਦੀ ਫਿਰਕੂ ਉਧਾਰਾਂ 'ਤੇ ਹੋਈ ਪੰਜਾਬ ਵੰਡ ਦੇ ਸਿੱਟੇ ਵਜੋਂ ਕੀਤੀ ਜਾ ਰਹੀ ਬੇਦਰਦੀ ਭਰੀ ਮਾਰਕੁੱਟ, ਖੂਨ ਖਰਾਬੇ, ਇਸਤਰੀਆਂ ਦੀ ਰੋਲੀ ਜਾ ਰਹੀ ਪੱਤ, ਸਾੜ ਫੂਕ ਅਤੇ ਲੁੱਟਮਾਰ ਦੇ ਭਿਅੰਕਰ ਵਾਤਾਵਰਨ ਨੂੰ ਸਿਰਜਿਆ ਹੈ, ਜਿਸ ਰਾਹੀਂ ਉਹ ਨਾਟਕ ਦੀ ਕਹਾਣੀ ਨੂੰ ਇੱਕ ਨਵਾਂ ਮੋੜ ਦੇ ਕੇ ਇੱਕ ਭਿਆਨਕ ਤ੍ਰਾਸਦੀ ਦਾ ਰੂਪ ਦਿੰਦਾ ਹੈਗਾ। ਮਾਨਸਿਕ ਸਦਮੇ ਦਾ ਸ਼ਿਕਾਰ, ਹੁਣ ਅਸੀਂ ਦੇਖਣਾ ਵੀ ਇਹ ਮਾਨਸਿਕ ਸਦਮੇ ਦਾ ਸ਼ਿਕਾਰ ਕਿਵੇਂ ਹੋਇਆ, ਕਿਉਂਕਿ ਉਹਦਾ ਨਾਮ ਕੋਈ ਨਹੀਂ ਦੱਸਿਆ ਹੋਇਆ ਨਾਟਕ ਦੇ ਵਿੱਚ, ਸਿਰਫ ਉਹਨੂੰ ਪਾਗਲ ਹੀ ਕਿਹਾ ਗਿਆ। ਪਾਗਲ ਮਾਨਸਿਕ ਸਦਮੇ ਦਾ ਸ਼ਿਕਾਰ ਵਿਅਕਤੀ ਹੈ। ਫਿਰਕੂ ਜਨੂੰਨੀਆਂ ਵੱਲੋਂ ਇੱਕ ਨੇ ਉਸਦੀ ਭੈਣ ਨਿੰਮੋ ਦੀ ਬਾਂਹ ਫੜ ਲਈ ਅਤੇ ਉਸਦਾ ਬਚਾਅ ਕਰਨ ਗਏ ਉਸਦੇ ਪਿਓ ਨੂੰ ਉਹਨਾਂ ਨੇ ਮਾਰ ਦਿੱਤਾ। ਫਿਰ ਉਹ ਉਸਦੀ ਭੈਣ ਦੇ ਕੱਪੜੇ ਪਾੜਨ ਲੱਗੇ ਤਾਂ ਉਹ ਉਹਨਾਂ ਦਾ ਮੁਕਾਬਲਾ ਕਰਨ ਲੱਗਿਆ। ਉਹਨਾਂ ਨੇ ਉਸਨੂੰ ਫੜ ਕੇ ਮੱਝ ਦੇ ਸੰਗਲ ਦੇ ਨਾਲ ਬੰਨ ਦਿੱਤਾ ਅਤੇ ਉਸਦੇ ਸਾਹਮਣੇ ਹੀ ਚੀਕਾਂ ਮਾਰਦੀ ਉਸਦੀ ਭੈਣ ਨਾਲ ਸਮੂਹਿਕ ਜਬਰ ਜਨਾਹ ਕੀਤਾ ਅਤੇ ਕਹਿ ਰਹੇ ਸਨ ਕਿ ਉਹ ਹਾਜੀਪੁਰ ਵਾਲੀ ਆਪਣੀ ਫਾਤਮਾ ਭੈਣ ਦਾ ਬਦਲਾ ਲੈ ਰਹੇ ਸਨ। ਇਸ ਪਿੱਛੋਂ ਉਹ ਉਸਦੀ ਭੈਣ ਨੂੰ ਨਾਲ ਲੈ ਗਏ ਅਤੇ ਉਹ ਰੋਂਦਾ ਹੋਇਆ ਕਹਿ ਰਿਹਾ ਸੀ ਕਿ ਉਸਨੇ ਆਪਣੀ ਭੈਣ ਨੂੰ ਵਾਪਸ ਲਿਆਉਣਾ ਹੈ, ਕੋਈ ਉਸਦੇ ਸੰਗਲ ਨਾ ਕੱਟੇ, ਉਹ ਤਾਂ ਸੰਗਲਾਂ ਸਮੇਤ ਜਾਵੇ। ਕਹਿਣ ਦਾ ਭਾਵ ਕਿ ਉਸਦੇ ਮਨ ਦੇ ਉੱਤੇ ਇਸ ਗੱਲ ਦਾ ਇੰਨਾ ਸਦਮਾ ਲੱਗਿਆ ਕਿ ਹਰ ਸਮੇਂ ਉਸੇ ਹੀ ਦ੍ਰਿਸ਼ ਨੂੰ ਵਾਰੀ ਵਾਰੀ ਆਪਣੇ ਸਾਹਮਣੇ ਉਹਦੇ ਸਾਕਾਰ ਹੋ ਜਾਂਦਾ ਸੀਗਾ ਅਤੇ ਉਹਨੂੰ ਇਉਂ ਲੱਗਦਾ ਸੀ ਵੀ ਮੈਂ ਸੰਗਲਾਂ ਦੇ ਨਾਲ ਬੰਨਿਆ ਹੋਇਆ ਹੈਗਾ। ਅਤੇ ਇਸ ਕਰਕੇ ਇੱਕ ਮਾਨਸਿਕ ਸਦਮਿਆਂ ਦਾ ਸ਼ਿਕਾਰ ਵਿਅਕਤੀ ਸੀਗਾ, ਰੱਬ ਤੋਂ ਮੁਨਕਰ।
ਪਾਗਲ ਵਿਅਕਤੀ ਮਾਨਸਿਕ ਸਦਮੇ ਕਾਰਨ ਰੱਬ ਤੋਂ ਵੀ ਮੁਨਕਰ ਹੋ ਚੁੱਕਿਆ ਸੀ। ਉਹ ਪ੍ਰੀਤੂ ਨੂੰ ਕਹਿੰਦਾ ਹੈ, ਮੇਰਾ ਪਿਓ ਤਾਂ ਕਮਲਾ ਸੀ ਜਿਹੜਾ ਰੱਬ ਨੂੰ ਮੰਨਦਾ ਸੀ। ਮੈਂ ਨਹੀਂ ਮੰਨਦਾ ਕਿਸੇ ਰੱਬ ਨੂੰ, ਨਾ ਹੀ ਕਿਸੇ ਅੱਲਾ ਨੂੰ, ਨਾ ਹੀ ਰੱਬ ਨੂੰ। ਤੁਸੀਂ ਆਪੇ ਦੱਸੋ, ਜਿਹੜਾ ਰੱਬ, ਜਿਹੜਾ ਅੱਲਾ ਆ, ਬੰਦਿਆਂ ਨੂੰ ਮਰਦੇ ਦੇਖ ਸਕਦਾ, ਮੈਂ ਉਦੋਂ ਨੂੰ ਕੁਣ ਕੀ ਡੋਕੇ ਲੈਣੇ ਆ। ਇੱਕ ਨੇਕ ਵਿਅਕਤੀ, ਉਹ ਬੇਸ਼ੱਕ ਪਾਗਲ ਹੈ ਪਰ ਇੱਕ ਨੇਕ ਵਿਅਕਤੀ ਹੈ। ਉਸਦੀ ਨੇਕੀ ਮਲੂਕ ਸਿੰਘ ਦੇ ਉਸਦੇ ਸੰਬੰਧ ਅਤੇ ਉਸਦੇ ਨਾਲ ਜਿਹੜੇ ਰਹਿੰਦੇ ਵਿਅਕਤੀ ਸੀਗੇ ਉਹਨਾਂ ਦੇ ਬੇਦਰਦੀ ਭਰੇ ਸ਼ਬਦਾਂ ਵਿੱਚੋਂ ਝਲਕਦੀ ਹੈ। ਅਗਲੇ ਮਤਲਬ ਮਲੂਕ ਸਿੰਘ ਕੀ ਕਹਿੰਦਾ ਹੈ, ਅਗਲੇ ਸਾਡੇ ਪਿੰਡ 'ਚੋਂ ਇੱਕ ਲੈ ਗਏ, ਮਤਲਬ ਉਹਦੀ ਭੈਣ ਨੂੰ ਲੈ ਗਏ ਸੀ ਨਾ, ਅਤੇ ਅਸੀਂ 10 ਮੁਸਲੀਆਂ ਲੈ ਆਉਂਦੀਆਂ ਪਾਕਿਸਤਾਨ ਤੋਂ। ਲਿਆਉਂਦੀਆਂ ਕਿ ਨਹੀਂ, ਆਪਣੇ ਕਿੰਨੇ ਹੀ ਬੰਦਿਆਂ ਨੇ ਘਰੇ ਪਾ ਲਈਆਂ। ਇਹਨੂੰ ਕਿਹਾ, ਬਥੇਰਾ ਕਿਹਾ, ਭਈ ਤੂੰ ਵੀ ਸੰਭਾਲ ਲੈ ਇੱਕ। ਸਾਲੇ ਨੇ ਇੱਕੋ ਹੀ ਰੱਟ ਲਾਈ ਰੱਖੀ, ਆਖੇ ਮੈਂ ਆਪਣੀ ਭੈਣ ਨੂੰ ਆਪਣੇ ਘਰ ਕਿਵੇਂ ਪਾ ਲਵਾਂ। ਪਤਿਓਰੇ ਨੂੰ ਮੁਸਲੀਆਂ ਵੀ ਭੈਣਾਂ ਹੀ ਦਿਸਦੀਆਂ ਨੇ। ਅਜਿਹਾ ਨੇਕ ਬੰਦਾ ਹੈ ਪਾਗਲ। ਹੁਣ ਕਹਿਣ ਦਾ ਭਾਵ ਕੀ ਹੈਗਾ, ਵੀ ਇੱਥੇ ਜਿਹੜਾ ਮਲੂਕ ਸਿੰਘ ਹੈ ਉਸਦੇ ਪਾਗਲਪਨ ਦੇ ਨੂੰ ਜਿਹੜਾ ਬਹੁਤੀ ਵੱਡੀ ਗੱਲ ਨਹੀਂ ਸਮਝਦਾ ਹੈਗਾ। ਉਹਨੂੰ ਲੱਗਦਾ ਵੀ ਜੇਕਰ ਉਹਦੀ ਭੈਣ ਨੂੰ ਲੈ ਗਏ ਮੁਸਲਮਾਨ, ਤਾਂ ਫਿਰ ਉਹਨਾਂ ਨੇ ਵੀ ਤਾਂ ਉਹਦੇ ਬਦਲੇ 10 ਮੁਸਲਮਾਨ ਔਰਤਾਂ ਲਿਆਂਦੀਆਂ ਨੇ। ਅਤੇ ਉਹ ਇਸ ਪਾਗਲ ਵਿਅਕਤੀ ਨੂੰ ਵੀ ਕਹਿੰਦਾ ਸੀਗੇ ਵੀ ਤੂੰ ਵੀ ਇੱਕ ਮੁਸਲਮਾਨ ਔਰਤ ਨੂੰ ਆਪਣੇ ਘਰ ਰੱਖ ਲੈ। ਜਦਕਿ ਇਹ ਵਿਅਕਤੀ ਜੋ ਕਹਿੰਦਾ ਹੈ ਵੀ ਮੈਂ ਆਪਣੀ ਭੈਣ ਨੂੰ ਆਪਣੇ ਘਰ ਕਿਵੇਂ ਰੱਖ ਲਵਾਂ, ਅਤੇ ਮਤਲਬ ਉਹਨੂੰ ਜਿਹੜਾ ਮੁਸਲਮਾਨ ਔਰਤਾਂ ਦੇ ਵਿੱਚੋਂ ਵੀ ਆਪਣੀ ਭੈਣ ਹੀ ਨਜ਼ਰ ਆਉਂਦੀ ਸੀ। ਅਤੇ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਇੱਕ ਨੇਕ ਵਿਅਕਤੀ ਸੀਗਾ। ਚਿੱਤ ਭਰਮ ਦਾ ਸ਼ਿਕਾਰ, ਮਾਨਸਿਕ ਸਦਮੇ ਕਰਕੇ ਉਹ ਚਿੱਤ ਭਰਮ ਦਾ ਰੋਗੀ ਹੋ ਚੁੱਕਿਆ ਸੀ। ਉਹ ਉਸਨੂੰ ਅਜੇ ਵੀ ਆਪਣੇ ਸਾਹਮਣੇ ਅੱਖੋਂ ਜਿਹੜਾ ਹੈ ਖੂਨ ਖਰਾਬਾ ਹੋ ਰਿਹਾ ਵਿਖਾਈ ਦਿੰਦਾ ਹੈ। ਇਸ ਕਰਕੇ ਉਹ ਬੋਲਦਾ ਰਹਿੰਦਾ ਹੈ, ਮਾਰ ਦਿਓ, ਵੱਢ ਦਿਓ, ਰੱਬ ਨੂੰ ਵੀ ਮਾਰ ਦਿਓ, ਅੱਲਾ ਨੂੰ ਵੀ ਵੱਢ ਦਿਓ, ਛੱਡਿਓ ਨਾ ਕਿਸੇ ਨੂੰ ਵੀ। ਇਹੋ ਜਿਹਾ ਮੌਕਾ ਵਾਰ ਵਾਰ ਨਹੀਂ ਮਿਲਣਾ। ਕਰ ਲਓ ਮਨ ਮਰਜ਼ੀਆਂ, ਲਾ ਦਿਓ ਘਰਾਂ ਨੂੰ ਅੱਗ, ਫੂਕ ਦਿਓ ਬੰਦਿਆਂ ਨੂੰ, ਸਾਰੇ ਖਤਮ ਹੋ ਜਾਣਗੇ ਸਾਰੇ ਹੀ। ਫਿਰ ਇਕੱਲੇ ਇਕੱਲੇ ਬਹਿ ਕੇ ਡੰਡੇ ਵਜਾਇਓ, ਡੰਡੇ, ਹਾਂ। ਅਤੇ ਇਸ ਤਰ੍ਹਾਂ ਉਹ ਗਲੀਆਂ ਦੇ ਵਿੱਚ ਇਹੀ ਗੱਲਾਂ ਵਾਰੀ ਵਾਰੀ ਦੁਹਰਾਉਂਦਾ ਫਿਰਦਾ ਹੈਗਾ। ਅਤੇ ਇਹ ਇਸ ਦੇ ਨਾਲ ਸੰਬੰਧਿਤ ਕੁਝ ਕੁ ਅਸੀਂ ਨੁਕਤੇ ਸਮਝ ਲੈਣੇ ਹੈਗੇ ਨੇ ਬੇਟੇ। ਗੱਲ ਇਹ ਹੈਗੀ ਆ ਕਿ ਭਾਵੇਂ ਕਿ ਮਹੱਤਵਪੂਰਨ ਪਾਤਰ ਨਹੀਂ ਹੈਗਾ, ਪਰ ਕਈ ਵਾਰ ਪ੍ਰੀਖਿਆ ਦੇ ਵਿੱਚ ਜਿਹੜੇ ਘੱਟ ਮਹੱਤਵਪੂਰਨ ਪਾਤਰ ਨੇ ਉਹ ਵੀ ਪੁੱਛੇ ਜਾਂਦੇ ਹੈਗੇ ਨੇ। ਅਤੇ ਇਸ ਲਈ ਸਾਨੂੰ ਸਾਰੇ ਪਾਤਰਾਂ ਬਾਰੇ ਪਤਾ ਹੋਣਾ ਜ਼ਰੂਰੀ ਹੈਗਾ। ਅਤੇ ਅਗਲਾ ਪਾਤਰ ਹੈ ਪ੍ਰੀਤੂ। ਪ੍ਰੀਤੂ ਪਰਿੰਦੇ ਜਾਣ ਹੁਣ ਕਿਤੇ ਨਾਟਕ ਦਾ ਇੱਕ ਗੌਣ ਪਾਤਰ ਹੈ। ਗੌਣ ਪਾਤਰ ਹੁੰਦਾ ਵੀ ਜਿਹੜਾ ਜ਼ਿਆਦਾ ਮਹੱਤਵਪੂਰਨ ਨਾ ਹੋਵੇ, ਮਤਲਬ ਜੇਕਰ ਅਸੀਂ ਉਸਨੂੰ ਕਹਾਣੀ 'ਚੋਂ ਕੱਢ ਦਿੰਦੇ ਹਾਂ ਤਾਂ ਵੀ ਉਹਦੇ ਬਿਨਾਂ ਕਹਾਣੀ ਚੱਲ ਜਾਂਦੀ ਹੈ। ਗੌਣ ਪਾਤਰ ਉਹ ਵਿਅਕਤੀ ਹੁੰਦਾ ਹੈ। ਉਹ ਆਪਣੇ ਕਾਰਖਾਨੇ ਵਿੱਚ ਤਰਖਾਣਾਂ ਦਾ ਕੰਮ ਕਰਦਾ ਹੈ। ਨਾਟਕ ਦਾ ਕਾਰਜ ਆਰੰਭ ਹੋਣ ਸਮੇਂ ਉਹ ਹੀਰ ਗੁਣਗੁਣਾ ਰਿਹਾ ਸੀ ਅਤੇ ਫੱਤਾ ਉਸ ਕੋਲ ਬੈਠਾ ਸੀ। ਉਹ ਮਲੂਕ ਸਿੰਘ ਦਾ ਜੋਟੀਦਾਰ ਇੱਕ ਦੁਸ਼ਟ ਪਾਤਰ ਹੈ, ਜਾਤ ਅਤੇ ਧਰਮ ਦੀ ਸੰਕੀਰਣ ਸੋਚ ਰੱਖਣ ਵਾਲਾ। ਪ੍ਰੀਤੂ ਵੀ ਮਲੂਕ ਸਿੰਘ ਅਤੇ ਫੱਤੇ ਵਾਂਗ ਵਿਆਹ ਦੇ ਮਸਲੇ ਵਿੱਚ ਧਰਮ ਅਤੇ ਜਾਤ ਦੇ ਉਲੰਘਣ ਨੂੰ ਜਾਂ ਖਰੀਦ ਕੇ ਲਿਆਉਂਦੀ ਹੋਈ ਜਨਾਨੀ ਨੂੰ ਪਸੰਦ ਨਹੀਂ ਕਰਦਾ ਅਤੇ ਕਹਿੰਦਾ ਹੈ, ਆਹ ਵੇਖ ਲਿਆਈ ਇੱਕ ਜੱਟ ਦਾ ਘਰ। ਮੁਸਲਮਾਨ ਇਸਤਰੀ ਨੂੰ ਘਰ ਵਸਾਉਣ ਨੂੰ ਉਹ ਪਸੰਦ ਨਹੀਂ ਕਰਦਾ ਅਤੇ ਕਹਿੰਦਾ ਹੈਗਾ ਕਿ ਮੁਸਲੀ ਘਰੇ ਬਹਾਲੀ ਧਰਮ ਨੂੰ ਲਾਜ ਲਾਤੀ। ਉਹ ਸਮਝਦਾ ਹੈ ਕਿ ਅੱਗੋਂ ਨਿਆਣਿਆਂ ਉੱਤੇ ਇਸ ਦਾ ਬੁਰਾ ਅਸਰ ਪੈਂਦਾ ਹੈਗਾ। ਮਤਲਬ ਉਹ ਕਹਿੰਦਾ ਹੈਗਾ ਵੀ ਕੇਰੂ ਦੇ ਜਿਹੜੀ ਅਨੈਤੀ ਨੂੰ ਆਪਣੇ ਘਰ ਲਿਆ ਕੇ ਵਸਾਉਣ ਸੰਬੰਧੀ ਉਹ ਇਹ ਜਿਹੜਾ ਹੈ ਵਾਰਤਾਲਾਪ ਇਕਾਂਗੀ ਦੇ ਵਿੱਚ ਬੋਲਦਾ ਹੈ ਕਿ ਆਹ ਵੇਖ ਲਿਆ ਇੱਕ ਜੱਟ ਦਾ ਘਰ, ਮੁਸਲੀ ਘਰੇ ਬਹਾਲੀ ਧਰਮ ਨੂੰ ਲਾਜ ਲਾਤੀ।
ਸੰਵੇਦਨਾ ਸ਼ੀਲਤਾ ਰਹਿਤ ਮਨੁੱਖ। ਪਹਿਲਾਂ ਜਿਵੇਂ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ, ਮਲੂਕ ਸਿੰਘ ਹੈਗਾ ਅਤੇ ਚਾਹੇ ਜੀਤਾ ਹੈਗਾ, ਅਤੇ ਇਹ ਵੀ ਜਿਹੜਾ ਹੈ ਇੱਕ ਸੰਵੇਦਨਸ਼ੀਲਤਾ ਰਹਿਤ ਪਾਤਰ ਹੈ। ਇਹਦੇ ਉਸਨੂੰ ਕਿਸੇ ਦਾ ਦਰਦ ਦੁੱਖ ਮਹਿਸੂਸ ਨਹੀਂ ਹੁੰਦਾ ਹੈ। ਪ੍ਰੀਤੂ ਮਨੁੱਖੀ ਸੰਵੇਦਨਸ਼ੀਲਤਾ ਅਤੇ ਹਮਦਰਦੀ ਤੋਂ ਰਹਿਤ ਵਿਅਕਤੀ ਸੀ। ਉਸਨੂੰ ਪਾਗਲ ਦਾ ਰੌਲਾ ਰੱਪਾ ਚੁੱਭਦਾ ਹੈ ਅਤੇ ਉਸਨੂੰ ਕਹਿੰਦਾ ਹੈ ਉਹ ਕਮਲਿਆ ਕਿਉਂ ਕਮਲੀਆਂ ਮਾਰੀ ਜਾਂਦਾ। ਫਿਰ ਉਹ ਫੱਤੇ ਅਤੇ ਮਲੂਕ ਸਿੰਘ ਨੂੰ ਕਹਿੰਦਾ ਹੈ ਜਿੱਦਣ ਦੀ ਆਜ਼ਾਦੀ ਆਈ ਹੈ ਇਹਨੂੰ ਹੋਰ ਕੋਈ ਕੰਮ ਨਹੀਂ, ਬਸ ਗਲੀਆਂ 'ਚ ਰੌਲਾ ਪਾਉਂਦਾ ਰਹੋ, ਜਿੱਦਾਂ ਕਿਤੇ ਵੰਡ ਦਾ ਸਾਰਾ ਅਸਰ ਇਹਦੇ ਉੱਤੇ ਹੀ ਪਿਆ ਹੋਵੇ। ਅੰਦਰੋਂ ਡਰਪੋਕ, ਉਹ ਮਲੂਕ ਸਿੰਘ ਅਤੇ ਫੱਤੇ ਵਾਂਗ ਅੰਦਰੋਂ ਡਰਪੋਕ ਵਿਅਕਤੀ ਹੈ। ਨਾਟਕ ਦੇ ਪਹਿਲੇ ਸੀਨ ਵਿੱਚ ਜਦੋਂ ਇਹ ਮਲੂਕ ਸਿੰਘ ਅਤੇ ਫੱਤਾ ਮੁਸਲਮਾਨੇ ਨੂੰ ਘਰ ਵਸਾਉਣ ਦੇ ਮਾਮਲੇ ਵਿੱਚ ਕੇਰੂ ਦਾ ਡਟ ਕੇ ਵਿਰੋਧ ਕਰਨ ਦੀਆਂ ਗੱਲਾਂ ਕਰਦੇ ਨੇ ਤਾਂ ਕੇਰੂ ਦੇ ਗੰਡਾਸੀ ਚੁੱਕੀ ਸਾਹਮਣੇ ਆ ਜਾਣ 'ਤੇ ਪ੍ਰੀਤੂ ਸਮੇਤ ਉਹ ਉਹਨਾਂ ਨਾਲ ਇਸ ਸੰਬੰਧੀ ਗੱਲ ਕਰਨ ਦੀ ਥਾਂ 'ਤੇ ਗੱਲ ਨੂੰ ਇੱਧਰ ਉੱਧਰ ਟਾਲ ਦਿੰਦਾ ਹੈ। ਜਾਤ ਆਧਾਰਿਤ ਟਿੱਪਣੀ ਨੂੰ ਪਸੰਦ ਨਾ ਕਰਨ ਵਾਲਾ, ਉਹ ਪਿੰਡ ਵਿੱਚ ਤਰਖਾਣਾ ਕੰਮ ਕਰਦਾ ਹੈ ਅਤੇ ਉਹ ਮਲੂਕ ਸਿੰਘ ਦੀ ਇੱਕੀ ਦੁੱਕੀ ਜਾਤ ਕਹਿਣ ਦੀ ਟਿੱਪਣੀ ਉੱਤੇ ਸਖ਼ਤ ਇਤਰਾਜ਼ ਕਰਦਾ ਹੈ। ਇਹ ਤਾਂ ਸੀਗੇ ਪ੍ਰੀਤੂ ਦੇ ਚਰਿੱਤਰ ਦੇ ਨਾਲ ਸੰਬੰਧਿਤ ਕੁਝ ਹੋਰ ਪੱਖ ਨੇ। ਅੱਗੇ ਹੈ ਫੱਤਾ। ਫੱਤਾ ਪਰਿੰਦੇ ਜਾਣ ਹੁਣ ਕਿੱਥੇ ਨਾਟਕ ਦਾ ਇੱਕ ਗੌਣ ਪਾਤਰ ਹੈ। ਉਹ ਜਾਤ ਦਾ ਝੂਰ ਹੈ ਅਤੇ ਕਣਕ ਦੀ ਵਾਢੀ ਸਮੇਂ ਧੁੱਪ ਵਿੱਚ ਕਣਕ ਵੱਢਦੇ ਕਿਸਾਨਾਂ ਨੂੰ ਪਾਣੀ ਪਿਲਾਉਂਦਾ ਹੈ। ਪੁਰਾਣੇ ਜ਼ਮਾਨੇ ਦੀ ਗੱਲ ਬੇਟੇ, ਜਦੋਂ ਜਿਹੜਾ ਹੈ ਮਸ਼ਕ ਦੇ ਵਿੱਚ ਪਾਣੀ ਖੇਤਾਂ ਦੇ ਵਿੱਚ ਪਿਲਾਇਆ ਜਾਂਦਾ ਸੀ ਅਤੇ ਲੋਕ ਹੱਥਾਂ ਦੇ ਨਾਲ ਕਣਕ ਦੀ ਫਸਲ ਵੱਢਦੇ ਸੀਗੇ ਅਤੇ ਇਹ ਲੋਕ ਜਿਹੜੇ ਹੈਗੇ ਨੇ ਮਸ਼ਕ ਲੈ ਕੇ ਸਾਰਿਆਂ ਨੂੰ ਪਾਣੀ ਪਿਲਾਉਂਦੇ ਸੀਗੇ ਖੇਤਾਂ ਦੇ ਵਿੱਚ। ਜਾਤ ਅਤੇ ਧਰਮ ਦੀ ਸੰਕੀਰਣ ਸੋਚ ਰੱਖਣ ਵਾਲਾ, ਸੰਕੀਰਣ ਹੁੰਦਾ ਸੌੜੀ ਸੋਚ, ਮਤਲਬ ਛੋਟੀ ਸੋਚ ਰੱਖਣ ਵਾਲਾ। ਫੱਤਾ ਕੇਰੂ ਦਾ ਸਨਬਰੀ ਦੁਆਰਾ ਆਪਣੇ ਘਰ ਵਿੱਚ ਇੱਕ ਮੁਸਲਮਾਨ ਇਸਤਰੀ ਨੂੰ ਵਸਾਉਣ ਨੂੰ ਉਹਨਾਂ ਸਮਾਜਿਕ ਨਿਯਮਾਂ ਦੇ ਅਨੁਸਾਰ ਠੀਕ ਨਹੀਂ ਸਮਝਦਾ ਜੋ ਰਿਸ਼ਤੇ ਨਾਤੇ ਦੇ ਸੰਬੰਧ ਵਿੱਚ ਧਰਮ ਅਤੇ ਜਾਤ ਦੇ ਉਲੰਘਣ ਜਾਂ ਖਰੀਦ ਕੇ ਜਨਾਨੀ ਘਰ ਵਸਾਉਣ ਨੂੰ ਚੰਗਾ ਨਹੀਂ ਸਮਝਦੀ। ਇਸ ਕਰਕੇ ਉਹ ਕੇਰੂ ਦੇ ਮੁਸਲਮਾਨ ਇਸਤਰੀ ਨੂੰ ਘਰ ਵਸਾਉਣ ਸੰਬੰਧੀ ਕਹਿੰਦਾ ਹੈ ਕਿਉਂ ਕਰਤੀ ਨਾ ਜੱਗ ਜਹਾਨ ਤੋਂ ਬਾਹਰਲੀ ਗੱਲ, ਮੈਂ ਨਹੀਂ ਸੀ ਕਹਿੰਦਾ, ਭਈ ਕੋਈ ਨਾ ਕੋਈ ਚੰਦ ਜ਼ਰੂਰ ਚੜਾਊਗਾ। ਜਿਹੜਾ ਐਂ ਭੁਸਰਿਆ ਫਿਰਦਾ ਉਹ ਸਮਝਦਾ ਹੈ ਕਿ ਅੱਗੋਂ ਨਿਆਣਿਆਂ ਉੱਤੇ ਉਸਦਾ ਬੁਰਾ ਅਸਰ ਪੈਂਦਾ ਹੈ। ਉਹ ਕਹਿੰਦਾ ਹੈ ਕਿ ਉਹ ਪਿੰਡ ਵਿੱਚ ਅਜਿਹਾ ਕੰਮ ਨਹੀਂ ਹੋਣ ਦੇਣਗੇ। ਸੰਵੇਦਨਸ਼ੀਲਤਾ ਰਹਿਤ ਵਿਅਕਤੀ ਫੱਤਾ, ਪ੍ਰੀਤੂ ਅਤੇ ਮਲੀਕ ਸਿੰਘ ਜਿੰਨਾ ਇਨਸਾਨੀ ਸੰਵੇਦਨਸ਼ੀਲਤਾ ਤੋਂ ਰਹਿਤ ਵਿਅਕਤੀ ਨਹੀਂ ਹੈ। ਫਿਰ ਜਦੋਂ ਪ੍ਰੀਤੂ ਅਤੇ ਮਲੂਕ ਸਿੰਘ 1947 ਦੇ ਫਸਾਦਾਂ ਵਿੱਚ ਫਿਰਕੂ ਜਨੂਨੇ ਹੱਥੋਂ ਹੋਈ ਆਪਣੀ ਭੈਣ ਦੀ ਦੁਰਗਤ ਨੂੰ ਵੇਖ ਕੇ ਪਾਗਲ ਹੋਏ ਬੰਦੇ ਦੀਆਂ ਗੱਲਾਂ ਨੂੰ ਪਸੰਦ ਨਹੀਂ ਕਰਦੇ ਤਾਂ ਇਹ ਕਹਿੰਦਾ ਹੈ ਅਸਰ ਤਾਂ ਪ੍ਰੀਤਮ ਸਿੰਘ ਪੈਣਾ ਹੀ ਹੋਇਆ, ਵਿਚਾਰੇ ਦੀ ਜਵਾਨ ਜਹਾਨ ਭੈਣ ਨੂੰ ਉਧਾਲ ਕੇ ਜੂ ਲੈ ਗਏ। ਬੰਦੇ ਦੇ ਜਦੋਂ ਦਿਮਾਗ ਨੂੰ ਸੱਟ ਲੱਗ ਜਾਵੇ ਤਾਂ ਫਿਰ ਨਹੀਂ ਸੁੱਝਦਾ ਕੁਝ ਵੀ। ਮਲੂਕ ਸਿੰਘ ਕਹਿਣਾ ਦਾ ਭਾਵ ਕਿ ਉਸਨੂੰ ਥੋੜ੍ਹਾ ਜਿਹਾ ਇਹਨਾਂ ਦੇ ਨਾਲੋਂ ਉਹਦੇ ਮਨ ਦੇ ਵਿੱਚ ਸੰਵੇਦਨਸ਼ੀਲ ਹੈਗੀ ਆ ਅਤੇ ਉਸਨੂੰ ਉਸ ਪਾਗਲ ਵਿਅਕਤੀ ਦੀ ਜਿਹੜੀ ਗੱਲ ਹੈਗੀ ਆ ਉਹਦੇ ਵਿੱਚ ਸੱਚਾਈ ਲੱਗਦੀ ਹੈ, ਵੀ ਉਹਦੇ ਦੁੱਖ ਨੂੰ ਉਹ ਦੁੱਖ ਸਮਝਦਾ ਹੈਗਾ। ਅੰਦਰੋਂ ਡਰਪੋਕ, ਉਹ ਬੇਸ਼ੱਕ ਕੇਰੂ ਦੁਆਰਾ ਮੁਸਲਮਾਨ ਕੁੜੀ ਨੂੰ ਖਰੀਦ ਕੇ ਘਰ ਵਸਾਉਣ ਦਾ ਵਿਰੋਧ ਕਰਦਾ ਹੈ ਪਰ ਜਦੋਂ ਮੋਢੇ 'ਤੇ ਗੰਡਾਸੀ ਰੱਖੀ ਕੇਰੂ ਸਾਹਮਣੇ ਆ ਜਾਂਦਾ ਹੈ ਤਾਂ ਉਹ ਗੱਲ ਨੂੰ ਉਸਦੇ ਵਿਰੋਧ ਦੇ ਪਾਸੇ ਵੱਲ ਜਾਣ ਦੀ ਗੱਲ ਨਹੀਂ ਕਰਦਾ। ਜਾਤ ਆਧਾਰਿਤ ਟਿੱਪਣੀ ਨੂੰ ਨਾ ਪਸੰਦ ਕਰਨ ਵਾਲਾ, ਉਹ ਮਲੂਕ ਸਿੰਘ ਦੀ ਦੁੱਕੀ ਤਿੱਕੀ ਜਾਤ ਕਹਿਣ ਦੀ ਜਾਤ ਆਧਾਰਿਤ ਟਿੱਪਣੀ ਨੂੰ ਪਸੰਦ ਨਹੀਂ ਕਰਦਾ ਅਤੇ ਦੱਸਦਾ ਹੈ ਕਿ ਜੱਟਾਂ ਦਾ ਉਸ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਉਹ ਦੱਸਦਾ ਹੈਗਾ ਵੀ ਫਿਰ ਜਦੋਂ ਖੇਤਾਂ ਦੇ ਚਹਾੜੀ ਵੜਦੇ ਹੋ ਵੀ ਮੈਂ ਇਹੀ ਪਾਣੀ ਪਿਲਾਉਂਦਾ ਹਾਂ ਨਾ, ਵੀ ਹਰੇਕ ਦਾ ਮਹੱਤਵ ਹੁੰਦਾ ਹੈਗਾ। ਅਤੇ ਜੇਕਰ ਅਸੀਂ ਦੇਖੀਏ ਤਾਂ ਇਹ ਦੋਨੋਂ ਪਾਤਰ ਹੈਗੇ ਨੇ, ਫੱਤਾ ਅਤੇ ਪ੍ਰੀਤੂ, ਦੋਨਾਂ ਦੇ ਪਾਤਰਾਂ ਦਾ ਜਿਹੜਾ ਵਿਚਾਰ ਨੇ ਜਾਂ ਉਹਨਾਂ ਦਾ
ਸੁਭਾਅ ਹੈ ਤਕਰੀਬਨ ਸੇਮ ਹੈਗਾ, ਬਸ ਇਹਨਾਂ ਦੀ ਇੱਕ ਜਾਤ ਦਾ ਫਰਕ ਹੈ, ਜੋਰ ਹੈਗਾ ਅਤੇ ਉਹ ਤਰਖਾਣ ਹੈਗਾ, ਅਤੇ ਪਰ ਥੋੜ੍ਹਾ ਜਿਹਾ ਫਰਕ ਇਹ ਹੈਗਾ ਵੀ ਉਸ ਨੂੰ ਜਿਹੜਾ ਹੈ ਉਸ ਪਾਗਲ ਵਿਅਕਤੀ ਦੇ ਜਿਹੜੇ ਦੁੱਖ ਦੇ ਥੋੜ੍ਹਾ ਜਿਹਾ ਮਹਿਸੂਸ ਹੁੰਦਾ ਹੈ ਇਹਨਾਂ ਦੇ ਮੁਕਾਬਲੇ 'ਤੇ। ਤਾਂ ਇਹ ਤਾਂ ਸੀਗੇ ਸਾਡੇ ਕੋਲ ਬਾਕੀ ਰਹਿੰਦੇ ਤਿੰਨ ਪਾਤਰ, ਪ੍ਰੀਤੂ, ਫੱਤਾ ਅਤੇ ਪਾਗਲ ਵਿਅਕਤੀ। ਅਤੇ ਉਮੀਦ ਕਰਦੀ ਹੈਗੀ ਕਿ ਤੁਹਾਨੂੰ ਇਹਨਾਂ ਦਾ ਪਾਤਰ ਚਿਤਰਨ ਸਾਹਮਣੇ ਲੱਗ ਗਿਆ ਹੋਊਗਾ। ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਿਓ, ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ। ਜੇਕਰ ਚੈਨਲ 'ਤੇ ਨਵੇਂ ਆਏ ਹੈਗੇ ਹੋ ਤਾਂ ਇਸ ਚੈਨਲ ਦੀ ਪਲੇਲਿਸਟ ਹਰ ਹਾਲਤ ਵਿੱਚ ਵਾਚਿਓ ਬੇਟਾ, ਤਾਂ ਕਿ ਤੁਹਾਨੂੰ ਇਸ ਚੈਨਲ ਦੇ ਉੱਤੇ ਕੀਤਾ ਜਾ ਰਿਹਾ ਹੋਰ ਕੰਮ ਹੈ ਜੋ ਉਸ ਬਾਰੇ ਵੀ ਜਾਣਕਾਰੀ ਹੋ ਜਾਵੇ। ਅਤੇ ਹੋ ਸਕਦਾ ਹੈ ਕੋਈ ਵੀ ਵੀਡੀਓ ਤੁਹਾਡੀ ਪੜ੍ਹਾਈ ਦੇ ਲਈ ਲਾਭਦਾਇਕ ਹੋਵੇ, ਅਤੇ ਜੇਕਰ ਇਹ ਵੀਡੀਓ ਤੁਹਾਡੀ ਪੜ੍ਹਾਈ ਲਈ ਲਾਭਦਾਇਕ ਹੋਈ ਤਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾਂ ਬਿਲਕੁਲ ਨਾ ਜਾਣਾ, ਅਤੇ ਸਬਸਕ੍ਰਾਈਬ ਕਰਦੇ ਹੋਏ ਬੈੱਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਤੁਹਾਨੂੰ ਰੋਜ਼ਾਨਾ ਅਪਲੋਡ ਕੀਤੀਆਂ ਜਾਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਨਾਲ ਮਿਲਦੀ ਰਹੇ। ਫਿਰ ਮਿਲਦੇ ਹੈਗੇ ਅਗਲੀ ਵੀਡੀਓ ਦੇ।